welcom everyone welcom ਤੁਹਾਡਾ ਸਭ ਦਾ bead with gagandeep कौर ਚੈਨਲ ਤੇ ਤੇ ਅੱਜ ਆਪਾਂ ਕਰਨ ਵਾਲੇ ਹਾਂ ਐਕਸਪੀਰੀਐਂਸ਼ੀਅਲ ਲਰਨਿੰਗ ਦਾ ਲਾਸਟ ਟਾਪਿਕ ਅਨੁਭਵੀ ਸਿੱਖ ਨੂੰ ਲਾਗੂ ਕਰਨਾ ਕਿ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾਂ ਸਿੱਖਿਆਕ ਸੰਸਥਾਵਾਂ ਦੇ ਵਿੱਚ ਜਿੱਥੇ ਸਿਖਾਇਆ ਜਾਂਦਾ ਵਿਦਿਆਰਥੀਆਂ ਨੂੰ ਉੱਥੇ ਇਹ ਅਨੁਭਵੀ ਸਿੱਖਣ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਕੀ ਕਾਰਜਵਿਧੀ ਹੋਣੀ ਚਾਹੀਦੀ ਹੈ ਜਿਹੜੀ ਇਸ ਨੂੰ ਲਾਗੂ ਕਰਨ ਦੇ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ ਤਾਂ ਚਲੋ ਰੀਡ ਆਊਟ ਕਰ ਲੈਂਦੇ ਆ ਇਹਨਾਂ ਦੇ ਪੁਆਇੰਟਸ ਨੂੰ ਜ਼ਿਆਦਾ ਸਮਝਾਉਂਦੀ ਆ ਆਈ ਥਿੰਕ ਜ਼ਰੂਰਤ ਨਹੀਂ ਕਿਉਂਕਿ ਆਪਾਂ ਬਹੁਤ ਸਾਰਾ ਆਲਰੇਡੀ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਉੱਤੇ ਪੜ ਚੁੱਕੇ ਆ ਬੌਧਿਕ ਭਾਵਨਾਤਮਕ ਅਤੇ ਸਮਾਜਿਕ ਤੌਰ ਤੇ ਸੁਰੱਖਿਅਤ ਅਤੇ ਸੁਵਿਧਾਜਨਕ ਇੱਕ ਮਾਹੌਲ ਤਿਆਰ ਕੀਤਾ ਜਾਵੇ ਜਿੱਥੇ ਅਧਿਆਪਕ ਸਵੇਰ ਨਿਰਦੇਸ਼ਿਤ ਖੋਜ ਦੀ ਕੋਸ਼ਿਸ਼ ਦੀ ਕੋਸ਼ਿਸ਼ ਵਿੱਚ ਆਤਮ ਵਿਸ਼ਵਾਸ ਸਹਿਤ ਖੁੱਲ ਕੇ ਜੋਖਮ ਉਠਾ ਸਕਦਾ ਹੋਵੇ ਜਾਨੀ ਕਿ ਜਿਹੜਾ ਅਧਿਆਪਕ ਆ ਉਸ ਦੇ ਲਈ ਇਹੋ ਜਿਹਾ ਮਾਹੌਲ ਹੋਣਾ ਚਾਹੀਦਾ ਜਿੱਥੇ ਉਹ ਖੁੱਲ ਕੇ ਜੋਖਮ ਉਠਾ ਸਕਦਾ ਹੋਵੇ ਉਸ ਤੇ ਕੋਈ ਇਹੋ ਜਿਹਾ ਐਕਸ਼ਨ ਨਾ ਲਿਆ ਜਾਂਦਾ ਹੋਵੇ ਇਹੋ ਜਿਹੀ ਕੋਈ ਪਾਬੰਦੀ ਰਿਸਟ੍ਰਿਕਸ਼ਨ ਨਾ ਹੋਵੇ ਕਿ ਉਹ ਕੋਈ ਕੰਮ ਹੀ ਨਾ ਕਰ ਸਕੇ ਵਿਦਿਆਰਥੀ ਨੂੰ ਆਪਣੇ ਖੁਦ ਦੇ ਸਿੱਖਣ ਦੀ ਜ਼ਿੰਮੇਵਾਰੀ ਉਠਾਉਣ ਦਿਓ ਵਿਦਿਆਰਥੀ ਨੂੰ ਖੁਦ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਸਿੱਖਣ ਦੀ ਵਿਦਿਆਰਥੀਆਂ ਨੂੰ ਆਪਣੇ ਲਈ ਆਪ ਖੋਜਾਂ ਕਰਨ ਲਈ ਹੱਲਾਸ਼ੇਰੀ ਦਿਓ ਵਿਅਕਤੀਗਤ ਰੁਚੀਆਂ ਜੀਵਨ ਮੁੱਲਾਂ ਦ੍ਰਿਸ਼ਟੀਕੋਣਾਂ ਅਤੇ ਅਨੁਭਵਾਂ ਨਾਲ ਪ੍ਰਸੰਗਿਕ ਚੋਣਵੀਆਂ ਸਿੱਖਣ ਗਤੀਵਿਧੀਆਂ ਸੰਚਾਲਿਤ ਕਰੋ ਇਹੋ ਜਿਹੀਆਂ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਜਿਦੇ ਵਿੱਚ ਵਿਅਕਤੀਗਤ ਰੁਚੀ ਜੀਵਨ ਨਾਲ ਆਧਾਰਿਤ ਰੁਚੀ ਹੋਵੇ ਦ੍ਰਿਸ਼ਟੀਕੋਣ ਇਹੋ ਜਿਹਾ ਹੋਣ ਜਿਹੜੇ ਸਾਨੂੰ ਚੰਗਾ ਮਾੜਾ ਸਭ ਕੁਝ ਦੱਸਦੇ ਹੋਣ ਅਨੁਭਵ ਇਹੋ ਜਿਹਾ ਹੋਣ ਇਹੋ ਜਿਹੀਆਂ ਚੋਣਵੀਆਂ ਵਿਧੀਆਂ ਸਾਡੇ ਲਈ ਰੱਖੀਆਂ ਹੋਣ ਇਹੋ ਜਿਹੀਆਂ ਐਕਟੀਵਿਟੀਜ਼ ਸਾਡੇ ਲਈ ਹੋਣ ਜਿਨ੍ਹਾਂ ਤੋਂ ਬਹੁਤ ਕੁਝ ਵਿਦਿਆਰਥੀ ਸਿੱਖ ਸਕਦੇ ਹੋਣ ਅਗੇ ਹੈ ਵਿਦਿਆਰਥੀਆਂ ਨੂੰ ਇਹ ਸਮਝਣ ਵਿੱਚ ਸਹਾਇਤਾ ਦਿਓ ਕਿ ਕੋਈ ਪਾਠ ਉਹਨਾਂ ਦੇ ਨਿੱਜੀ ਜੀਵਨ ਵਿੱਚ ਕੀ ਮਹੱਤਤਾ ਰੱਖਦਾ ਹੈ ਕੋਈ ਵੀ ਟੌਪਿਕ ਹੈ ਕਿਸੇ ਦਾ ਕਿਸੇ ਵੀ ਟੌਪਿਕ ਦਾ ਵਿਦਿਆਰਥੀ ਦੇ ਜੀਵਨ ਵਿੱਚ ਕੀ ਸੁੰਦਤਾ ਇਹ ਵਿਦਿਆਰਥੀ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਜੇ ਕੋਈ ਵਿਧੀ ਵਿਦਿਆਰਥੀਆਂ ਲਈ ਲਾਭਦਾਇਕ ਨਾ ਹੋਵੇ ਤਾਂ ਉਹਨਾਂ ਤੋਂ ਪ੍ਰਤੀ ਪੁਸ਼ਟੀ ਪ੍ਰਾਪਤ ਕਰੋ ਫੀਡਬੈਕ ਲੈਣਾ ਵੀ ਵਿਦਿਆਰਥੀਆਂ ਤੋਂ ਬਹੁਤ ਜ਼ਰੂਰੀ ਹੈ ਜੋ ਕੋਈ ਵੀ ਵਿਦਿਆਰਥੀ ਕਰ ਰਹੇ ਹੋਣ ਜੋ ਕੁਝ ਵੀ ਵਿਦਿਆਰਥੀ ਕਰ ਰਹੇ ਹੋਣ ਉਸ ਵਿੱਚ ਉਹਨਾਂ ਨੂੰ ਭਾਵਨਾਤਮਕ ਤੌਰ ਤੇ ਸ਼ਾਮਿਲ ਹੋਣ ਦਿਓ ਉਹਨਾਂ ਨੂੰ ਸ਼ਾਮਿਲ ਹੋਣ ਦਾ ਮੌਕਾ ਦੇਣਾ ਚਾਹੀਦਾ ਇਹ ਨਹੀਂ ਕਿ ਸਿਰਫ ਅਧਿਆਪਕ ਦੀ ਹੀ ਸ਼ਮੂਲੀਅਤ ਹੋਵੇ ਵਿਦਿਆਰਥੀਆਂ ਦੇ ਨਿਵਾਸ ਸਥਾਨ ਦੇ ਸਥਾਨਕ ਪ੍ਰਯੋਗ ਅਤੇ ਸ਼੍ਰੇਣੀ ਕਮਰੇ ਵਿੱਚ ਘਾਸ ਸੰਤੁਸ਼ਟੀ ਦੀ ਭਾਵਨਾ ਦਾ ਨਿਰਮਾਣ ਕਰੋ ਜਿਹੜਾ ਉਹਨਾਂ ਦਾ ਕਲਾਸ ਦਾ ਕਮਰਾ ਹੈ ਉੱਥੇ ਉਹ ਸੰਤੁਸ਼ਟ ਹੋਣ ਰਹਿ ਕੇ ਉਹਨਾਂ ਨੂੰ ਇਹੋ ਜਿਹਾ ਵਾਤਾਵਰਣ ਮਿਲੇ ਜਿੱਥੇ ਉਹ ਚੰਗੀ ਤਰ੍ਹਾਂ ਰਹਿ ਕੇ ਅਨੁਭਵ ਗ੍ਰਹਿਣ ਕਰ ਸਕਦੇ ਹੋਣ ਚਾਂਤ ਚਿੰਤਨਸ਼ੀਲ ਵਿਚਾਰ ਕਰਨ ਦੇ ਅਜਿਹੇ ਮੌਕੇ ਸ਼ਾਮਿਲ ਕਰੋ ਜਿੱਥੇ ਵਿਦਿਆਰਥੀ ਆਪਣੇ ਸਿੱਖਣ ਦੀ ਸਵੇ ਆਲੋਚਨਾ ਕਰ ਸਕਣ ਇਹੋ ਜਿਹਾ ਚਿੰਤਨ ਕਰਨ ਯੋਗ ਵਿਦਿਆਰਥੀ ਨੂੰ ਬਣਾ ਦੇਣਾ ਚਾਹੀਦਾ ਹੈ ਕਿ ਉਹ ਆਪਣੀਆਂ ਖੁਦ ਦੀਆਂ ਕਮੀਆਂ ਤੇ ਖੁਦ ਦੇ ਉਹਦੇ ਵਿੱਚ ਜਿਹੜੇ ਗੁਣਾਂ ਟੈਲੈਂਟ ਆ ਉਹ ਉਹਨਾਂ ਨੂੰ ਖੁਦ ਸਮਝ ਸਕਣ ਯੋਗ ਹੋਵੇ ਪ੍ਰਤੀਭਾਗੀਆਂ ਨੂੰ ਆਪਣੇ ਭੌਤਿਕ ਸਮਾਜਿਕ ਜਾਂ ਸੱਭਿਆਚਾਰਕ ਸੁਵਿਧਾ ਖੇਤਰਾਂ ਤੋਂ ਅਗਾਵਧਨ ਦਿਸ਼ਾ ਦਿਤਾ ਦਿਓ ਆਪਣੇ ਜਿਹੜਾ ਸਮਾਜਿਕ ਜਾਂ ਸੱਭਿਆਚਾਰਕ ਖੇਤਰ ਆ ਉਸ ਤੋਂ ਅੱਗੇ ਵਧਣ ਲਈ ਕੰਫਰਟ ਜ਼ੋਨ ਤੋਂ ਅੱਗੇ ਵਧਣ ਦੀ ਵੀ ਵਿਦਿਆਰਥੀ ਨੂੰ ਪ੍ਰੇਰਣਾ ਦੇਣੀ ਚਾਹੀਦੀ ਆ ਕਿ ਕਿਵੇਂ ਉਹ ਹੋਰ ਹੋਰ ਅੱਗੇ ਜਾ ਸਕਦਾ ਹੈ ਬੌਧਿਕ ਅਤੇ ਭਾਵਨਾਤਮਕ ਜੋਖਮ ਲੈਣ ਦੀ ਪ੍ਰਵਿਰਤੀ ਸ਼ਾਮਲ ਕਰੋ ਅਸਫਲਤਾ ਨੂੰ ਸਿੱਖਣ ਪ੍ਰਕਿਰਿਆ ਦੇ ਮਹੱਤਵਪੂਰਨ ਅੰਗ ਵਜੋਂ ਪ੍ਰਵਾਨ ਕਰਨ ਦੀ ਹੱਲਾਸ਼ੇਰੀ ਦਿਓ ਵਿਦਿਆਰਥੀ ਨੂੰ ਸਿਰਫ ਸਫਲਤਾ ਹੀ ਨਹੀਂ ਸਿਖਾਉਣੀ ਅਸਫਲਤਾ ਸਿਖਾਉਣਾ ਵੀ ਇੱਕ ਅਨੁਭਵੀ ਸਿੱਖਣ ਦੀ ਜਿਹੜਾ ਹੈਗਾ ਪਾਰਟ ਹੈ ਕੰਪਨੀਆਂ ਨਾਲ ਮਿਲ ਕੇ ਨਕਲੀ ਪ੍ਰੀਖਣ ਜਾਂ ਬਾਦ ਵਿਵਾਦ ਅਤੇ ਇੰਟਰਨਸ਼ਿਪ ਦੀ ਵਿਵਸਥਾ ਕਰੋ ਜਾਨੀ ਕਿ ਕੰਪਨੀਆਂ ਨਾਲ ਮਿਲ ਕੇ ਜਾਂ ਕਿਸੇ ਵੀ ਬਿਜ਼ਨਸਮੈਨ ਨਾਲ ਮਿਲ ਕੇ ਕਿਸੇ ਨਾਲ ਵੀ ਮਿਲ ਕੇ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਇੱਕ ਵਿਦਿਆਰਥੀ ਨੂੰ ਇਹ ਸਿਖਾਉਣਾ ਚਾਹੀਦਾ ਕਿ ਜਿਹੜੀਆਂ ਕਿਹੜੀਆਂ ਗੱਲਾਂ ਮਾੜੀਆਂ ਉਹਨਾਂ ਨਾਲ ਕਿਹੜੀਆਂ ਚੰਗੀਆਂ ਨੇ ਉਹ ਬਾਦ ਵਿਵਾਦ ਕਰ ਸਕਣ ਆਪਣਾ ਪੱਖ ਰੱਖਣ ਦੇ ਯੋਗ ਹੋ ਸਕਣ ਇਹ ਹਨ ਕਿ ਸਕੂਲਾਂ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਨੂੰ ਭਵੀ ਸਿੱਖਣ ਨੂੰ ਅਗੇ ਹੈ ਸਕੂਲੀ ਪ੍ਰਸ਼ਾਸਨ ਲਈ ਸਿਫਾਰਸ਼ਾਂ ਉਪਚਾਰਕ ਕਾਰਵਾਈ ਰਿਕਮੈਂਡੇਸ਼ਨਸ ਫਾਰ ਸਕੂਲ ਐਡਮਿਸ਼ਨ ਐਡਮਿਨਿਸਟ੍ਰੇਸ਼ਨ ਰਿਮੈਡੀਅਲ ਐਕਸ਼ਨ ਸਕੂਲੀ ਪ੍ਰਸ਼ਾਸਕਾਂ ਅਤੇ ਅਧਿਆਪਕਾਂ ਨੂੰ ਅਨੁਭਵੀ ਸਿੱਖਿਆ ਦੇ ਅੰਤਰ ਨਹਿਤ ਸਿਧਾਂਤਾਂ ਨੂੰ ਸਮਝਣ ਦੀ ਲੋੜ ਹੈ ਕਿ ਤਾਂਕਿ ਉਹ ਇਸ ਸ਼੍ਰੇਣੀ ਕਮਰੇ ਵਿੱਚ ਅਤੇ ਸ਼੍ਰੇਣੀ ਕਮਰੇ ਤੋਂ ਅਗਲੀ ਵਿਵਸਥਾ ਵਿੱਚ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਣ ਉਹਨਾਂ ਨੂੰ ਖੋਦ ਨੂੰ ਪਹਿਲਾਂ ਸ਼੍ਰੇਣੀ ਕਮਰੇ ਵਿੱਚ ਤੇ ਸ਼੍ਰੇਣੀ ਤੋਂ ਅਗਲੀ ਵਿਵਸਥਾ ਯਾਨੀ ਕਿ ਬਾਹਰ ਜਾ ਕੇ ਜਦੋਂ ਕੋਈ ਵਿਅਕਤੀ ਕੋਈ ਐਕਸ਼ਨ ਲੈਂਦਾ ਤਾਂ ਉਹ ਚੀਜ਼ਾਂ ਨੂੰ ਸਮਝਣ ਦੀ ਸਿਧਾਂਤਾਂ ਨੂੰ ਸਮਝਣ ਦੀ ਸਕੂਲੀ ਪ੍ਰਸ਼ਾਸਕਾਂ ਨੂੰ ਤੇ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸਿੱਖਿਆ ਦੇਖੋ ਇੱਕ ਸਿੱਖਿਆਕ ਅਜਿਹਾ ਹੋਣਾ ਚਾਹੀਦਾ ਸਿਰਫ ਉਹ ਇਹੋ ਜਿਹਾ ਨਾ ਹੋਵੇ ਕਿ ਉਹ ਕਿਤਾਬੀ ਸਿੱਖਿਆ ਦੇ ਰਿਹਾ ਹੋਵੇ ਪਰ ਵਿਦਿਆਰਥੀਆਂ ਨੂੰ ਕਿਤੇ ਨਾ ਕਿਤੇ ਇਹ ਕਾਟ ਛੱਡ ਰਿਹਾ ਹੋਵੇ ਕਿ ਉਹ ਅਸਲੀ ਜੀਵਨ ਵਿੱਚ ਇੱਕ ਵਧੀਆ ਇਨਸਾਨ ਬਣਨ ਵਿੱਚ ਅਸਫਲ ਹੋ ਜਾਣ ਸਿਰਫ ਕਿਤਾਬੀ ਸਿੱਖਿਆ ਜ਼ਰੂਰੀ ਨਹੀਂ ਉਹਨਾਂ ਨੂੰ ਹੋਰ ਬਹੁਤ ਸਾਰੀ ਸਿੱਖਿਆ ਦੇਣੀ ਵੀ ਜ਼ਰੂਰੀ ਹੁੰਦੀ ਹੈ ਠੀਕ ਹੈ ਸਕੂਲਾਂ ਨੂੰ ਅਨੁਭਵੀ ਪਾਠਕ੍ਰਮ ਦੇ ਵਿਕਾਸ ਲਈ ਵਧੇਰੇ ਸਰੋਤਾਂ ਰੱਖ ਮੇ ਰੱਖਣ ਦੀ ਲੋੜ ਹੈ ਤਾਂ ਕਿ ਅਧਿਆਪਕ ਨੂੰ ਵਿਸ਼ਾ ਵਸਤੂ ਤੋਂ ਲੈ ਕੇ ਅੰਤਮ ਮੁਲਾਂਕਣ ਪੇਸ਼ ਕਰਨ ਤੱਕ ਦੀ ਸਮੁੱਚੀ ਪ੍ਰਕਿਰਿਆ ਵਿੱਚ ਮਾਰਗਦਰਸ਼ਨ ਪ੍ਰਾਪਤ ਹੋ ਸਕੇ ਪਾਠਕ੍ਰਮ ਦੇ ਵਿਕਾਸ ਲਈ ਬਧੇਰੇ ਸੰਸਾਧਨ ਹੋਣੇ ਚਾਹੀਦੇ ਆ ਸਿਰਫ ਵਿਸ਼ਾ ਵਸਤੂ ਤੋਂ ਲੈ ਕੇ ਅੰਤਮ ਮੁਲਾਂਕਣ ਤੱਕ ਸਿਰਫ ਇੱਕੋ ਹੀ ਹੋਣੀ ਕਿ ਬਸ ਪਾਠ ਪੜਾਇਆ ਤੇ ਕਹਾਣੀ ਖਤਮ ਨਹੀਂ ਉਸ ਦਾ ਮੁਲਾਂਕਣ ਕਰਨ ਲਈ ਅਨੁਭਵ ਕਰਾਉਣ ਲਈ ਸਾਨੂੰ ਬਹੁਤ ਸਾਰੀਆਂ ਐਗਜ਼ਾਮਪਲਸ ਦੇਣੀਆਂ ਪੈਣੀਆਂ ਰਿਲੇਟ ਕਰਨਾ ਪੈਂਦਾ ਮੰਨ ਲਓ ਫਾਰ ਐਗਜ਼ਾਮਪਲ ਕਿ ਇੱਕ ਅਧਿਆਪਕ ਵਿਦਿਆਰਥੀ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਪੱਤੇ ਆ ਉਹ ਕੀ ਕੰਮ ਕਰਦੇ ਆ ਪੌਦੇ ਦੇ ਵਿੱਚ ਤਾ ਸਿਰਫ ਇਹ ਨਹੀਂ ਕਿ ਬਸ ਉਹਨੂੰ ਪਾਠ ਪੜ੍ਹਾਤਾ ਤੇ ਕਾਣੀ ਖਤਮ ਉਸ ਦੇ ਲਈ ਪ੍ਰੈਕਟੀਕਲ ਵੀ ਹੋਣਾ ਚਾਹੀਦਾ ਕਿ ਦੇਖੋ ਜੇ ਪੌਦੇ ਨੂੰ ਛਾਂ ਦੇ ਵਿੱਚ ਰੱਖ ਦਿੱਤਾ ਗਿਆ ਧੁੱਪ ਦੇ ਵਿੱਚ ਪੌਦਾ ਨਹੀਂ ਤਾਂ ਉਹ ਕਿਵੇਂ ਸੜ ਗਿਆ ਕਿਉਂਕਿ ਉਸ ਦੇ ਲਈ ਸੰਸਾਧਨਾਂ ਦੀ ਘਾਟ ਹੋ ਗਈ ਇਸ ਤਰ੍ਹਾਂ ਦੀਆਂ ਚੀਜ਼ਾਂ ਐਗਜ਼ਾਮਪਲਾਂ ਦੇ ਕੇ ਸਮਝਾਉਣੀਆਂ ਵੀ ਜ਼ਰੂਰੀ ਆ ਅਧਿਆਪਕ ਦੇ ਲਈ ਅਧਿਆਪਕਾਂ ਨੂੰ ਕਿਸੇ ਨਿਰਧਾਰਤ ਅਵਧੀ ਦੌਰਾਨ ਪ੍ਰਾਪਤ ਕੀਤੇ ਜਾਣ ਲਈ ਦਿੱਤੇ ਗਏ ਟੀਚਰ ਦੀ ਸਮੀਖਿਆ ਸਕੂਲ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਜਿਹੜੇ ਵੀ ਟੀਚੇ ਹੁੰਦੇ ਆ ਅਧਿਆਪਕਾਂ ਨੂੰ ਦਿੱਤੇ ਜਾਣ ਦਿੱਤੇ ਹੁੰਦੇ ਆ ਕਿ ਆ ਆ ਤੁਸੀਂ ਟਾਰਗੇਟ ਅਚੀਵ ਕਰਵਾਉਣਾ ਵਿਦਿਆਰਥੀਆਂ ਨੂੰ ਉਸ ਦੀ ਸਕੂਲ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਸਮੀਖਿਆ ਕਰਨੀ ਚਾਹੀਦੀ ਹੈ ਦੇਖਣਾ ਚਾਹੀਦਾ ਕਿ ਵਾਕਿਆ ਇਸ ਤਰ੍ਹਾਂ ਹੋ ਰਿਹਾ ਜਾਂ ਨਹੀਂ ਅੱਗੇ ਹੈ ਅਨੁਭਵੀ ਸਿੱਖਣ ਦੇ ਅਧਿਆਪਕਾਂ ਲਈ ਇੱਕ ਨਵੇਂ ਕਿਸਮ ਦੇ ਪਾਠਕ੍ਰਮ ਨੂੰ ਤਿਆਰ ਕਰਨ ਦੀ ਲੋੜ ਹੈ ਉਹਦੇ ਵਿੱਚ ਇਹੋ ਜਿਹੇ ਪਾਠਕ੍ਰਮ ਹੋਣਾ ਚਾਹੀਦਾ ਜਿਸ ਦੇ ਵਿੱਚ ਐਕਟੀਵਿਟੀਆਂ ਵੀ ਹੋਣ ਜਿਸ ਦੇ ਵਿੱਚ ਵਧੀਆ ਲਰਨਿੰਗ ਹੋਵੇ ਸਿਰਫ ਰੱਟੇ ਵਾਲੀ ਪ੍ਰਣਾਲੀ ਨਾ ਹੋਵੇ ਅੱਗੇ ਦੇਖ ਲੈਂਦੇ ਆ ਵਿਦਿਆਰਥੀ ਨੂੰ ਅਨੁਭਵੀ ਸਿੱਖਣ ਦੇ ਸਾਰੇ ਚਰਨਾਂ ਜਿਵੇਂ ਚਿੰਤਨ ਚਿੰਤਨ ਸੰਕਲਪੀਕਰਨ ਅਤੇ ਪ੍ਰਯੋਗਕਾਰੀ ਉੱਪਰ ਉਚਿਤ ਮਾਤਰਾ ਵਿੱਚ ਸਮਾਂ ਮੁਹੱਈਆ ਕਰਾਉਣਾ ਚਾਹੀਦਾ ਹੈ। ਉਹਨਾਂ ਨੂੰ ਰਿਫਲੈਕਸ਼ਨ ਕਰਨ ਤੇ ਸਮਾਂ ਦੇਣਾ ਚਾਹੀਦਾ ਚਿੰਤਨ ਕਰਨ ਤੇ ਆਪਾਂ ਪਹਿਲਾਂ ਵੀ ਪੜਿਆ ਸੀਗਾ ਕਿ ਇਹਦੇ ਅਨੁਭਵੀ ਸਿੱਖਣ ਦੇ ਵਿੱਚ ਵਿਦਿਆਰਥੀ ਚਿੰਤਨ ਕਿਵੇਂ ਕਰਦੇ ਆ ਉਹਨਾਂ ਨੂੰ ਪ੍ਰੈਕਟਿਸ ਫਿਰ ਉਹ ਆਪਣੇ ਆਪ ਦੇ ਪ੍ਰੈਕਟੀਕਲ ਕਰਕੇ ਦੇਖਦੇ ਆ ਪਹਿਲਾਂ ਚਿੰਤਨ ਕਰਦੇ ਆ ਫਿਰ ਪ੍ਰੈਕਟੀਕਲ ਕਰਦੇ ਆ ਇਹਨਾਂ ਚੀਜ਼ਾਂ ਲਈ ਵੀ ਸਮਾਂ ਦੇਣਾ